ਸਤਿ ਸ੍ਰੀ ਅਕਾਲ ਜੀ ਜਿਵੇਂ ਕਿ ਤੁਹਾਨੂੰ ਪਤਾ ਬਹੁਤ ਹੀ ਤਾਕਤਾਂ ਜਿਹੜੀਆਂ ਉਹ ਦੇਸ਼ ਦੇ ਮਗਰ ਲੱਗੀਆਂ ਏ ਚਾਹੇ ਪਾਕਿਸਤਾਨ ਹੋਵੇ ਚਾਹੇ ਚਾਈਨਾ ਹੋਵੇ ਤੇ ਚਾਹੇ ਸਾਡੇ ਆਪ ਦੇ ਲੋਕ ਨੇ ਜਿਹੜੇ ਉਹ ਦੁਸ਼ਮਣ ਬਣੇ ਹੋਏ ਨੇ ਚਾਹੇ ਜਥੇਦਾਰ ਸਾਹਿਬ ਦੀ ਗੱਲ ਕੀਤੀ ਜਾਵੇ ਉਹ ਚਲੋ ਗੱਲ ਮੈਂ ਕਰਾਂਗਾ ਉਸ ਚੀਜ਼ ਦਾ ਹਿਸਾਬ ਪਰ ਜਿਹੜੇ ਸਾਡੇ ਲੋਕਾਂ ਦੇ ਵਿਆਹਾਂ ਤੇ ਲੋਕਾਂ ਦੇ ਖੁਸ਼ੀਆਂ ਦੇ ਵਿੱਚ ਲੋਕਾਂ ਨੂੰ ਆਪਣੀ ਫਿਲਮ ਇੰਡਸਟਰੀ ਦੇ ਵਿੱਚ ਜਾ ਕੇ ਤੇ ਲੋਕਾਂ ਨੇ ਉਹਨਾਂ ਨੂੰ ਮਾਨ ਦਿੱਤਾ ਉਹਨਾਂ ਦਾ ਦੇਸ਼ ਦੁਨੀਆ 'ਚ ਨਵਾਂ ਬਣਾਇਆ ਉਹਨਾਂ 'ਚੋਂ ਜੈਜੀ ਬੀ ਤੇ ਦੂਜਾ ਦਿਲਜੀਤ ਸਾਂਝ ਮੈਂ ਹੈਰਾਨ ਹੋ ਗਿਆ ਮੇਰਾ ਇਹ ਮੈਂ ਇੱਕ ਗੱਲ ਕਲੀਅਰ ਕਰ ਦੇਣਾ ਚਾਹੁੰਦਾ ਮੇਰਾ ਕੋਈ ਇਹ ਆਪ ਦਾ ਸਵਾਰਥ ਨਹੀਂਗਾ ਕੋਈ ਸਿਰਫ ਤੇ ਸਿਰਫ ਜੇ ਗੱਲਾਂ ਉਹ ਦੇਸ਼ ਦੀ ਆ ਦੇਸ਼ ਤੋਂ ਉੱਤੇ ਕੁਝ ਨਹੀਂ ਜੇ ਆਪਾਂ ਆਪਣੇ ਦੇਸ਼ ਦੇ ਆਪਣੇ ਮਿੱਟੀ ਦੇ ਨਾ ਬਣ ਸਕੇ ਆਪਣੀ ਮਾਂ ਦੇ ਨਾ ਬਣ ਸਕੇ ਤੇ ਮੈਂ ਸਮਝਦਾ ਫਿਰ ਲੱਖ ਲਾਹਨਤ ਆਪਣੇ ਇਸ ਦੇਸ਼ ਦੇ ਧਰਤੀ ਤੇ ਪੈਦਾ ਹੋਣ ਜੇ ਇੱਕ ਆਪਾਂ ਨੂੰ ਮਾਂ ਪੈਦਾ ਕਰਨ ਵਾਲੀ ਆ ਤੇ ਇਹ ਧਰਤੀ ਮਾਂ ਜਿਹੜੀ ਸਾਨੂੰ ਸਭ ਕੁਝ ਦਿੰਦੀ ਆ ਅੱਜ ਉਹਦੇ ਦੁਸ਼ਮਣ ਜਿਹੜੇ ਲੋਕ ਬਣੇ ਬੈਠੇ ਆ ਕਿਉਂਕਿ ਇਹ ਮੈਂ ਕਿਉਂ ਕਹਿ ਰਿਹਾ ਤੁਸੀਂ ਕਹੋਗੇ ਬਾਰ ਬਾਰ ਕਿਉਂ ਗੱਲ ਕਰ ਰਿਹਾ ਕਿਉਂ ਕਿ ਜਿਹੜਾ ਉਹਨਾਂ ਨੇ ਰੈਫਰੈਂਡਮ 2020 ਰੱਖਿਆ ਉਹਦੀ ਜਿਹੜੀ VOTING ਉਹਦੀ ਮੈਂਬਰਸ਼ਿਪ ਆ ਜਿਹੜੀ ਉਹ ਜੁਲਾਈ 4 ਤੋਂ ਸ਼ੁਰੂ ਕਰਦੀ ਹੈ ਤੇ ਰੋਜ਼ ਤੁਹਾਡੇ ਟੈਲੀਫੋਨਸ ਤੇ ਮੈਸੇਜ ਆਉਂਦੇ ਆ ਉਹਦੀ ਕੋਈ ਗੱਲ ਨਹੀਂ ਉਹ ਗੋਤਲੇ ਪੰਨ ਨੂੰ ਸੰਭਲਾਂਗੇ ਜਾਂ ਇੱਕ ਹੋਰ ਉਹ ਟੈਲੀਵਿਜ਼ਨ ਜਾਂ ਸ਼ੁਰੂ ਉੱਤੇ ਟੀਵੀ ਤੇ ਧਾਰੀਵਾਲ ਕੋਈ ਬੋਲਦਾ ਉਹ ਸਭ ਸੰਭੇ ਜਾਣਗੇ ਇੱਥੇ ਦੇਖਦੇ ਆ ਉਹਨਾਂ ਦਾ ਕੌਣ ਕੌਣ ਤੇ ਕਿਵੇਂ ਉਹਨਾਂ ਨਾਲ ਨਜਿੱਠਿਆ ਜਾਏਗਾ ਉਹ ਸਾਰੀਆਂ ਗੱਲਾਂ ਧਮਕੀ ਦੇਣ ਵਾਲੀ ਗੱਲ ਨਹੀਂ ਗਈ ਪਰ ਜਿਹੜਾ ਸਾਡੇ ਦੇਸ਼ ਵੱਲ ਦੇਖੇਗਾ ਉਹ ਅਸੀਂ ਤੇ ਸਾਡਾ ਦੇਸ਼ ਦਾ ਕਾਨੂੰਨ ਸੰਵਿਧਾਨ ਸਰਕਾਰ ਉਹਨੂੰ ਨਹੀਂ ਬਖਸ਼ੇਗੀ ਉਹ ਉੱਥੇ ਬੈਠੇ ਬੜੀਆਂ ਬੜੀਆਂ ਗੱਲਾਂ ਜ਼ਰੂਰ ਕਰਦੇ ਆ ਪਰ ਇਹਨਾਂ ਨੇ ਨਾ ਪੰਨੂ ਨੇ ਨਾ ਧਾਰੀਵਾਲ ਨੇ ਇਹਨਾਂ ਨੇ ਤਾਂ ਵੜਨਾ ਨਹੀਂ ਆਪਣੇ ਦੇਸ਼ 'ਚ ਤੇ ਇਸ ਕਰਕੇ ਇਹ ਤਾਂ ਪਰੇ ਬੈਠੇ ਜੋ ਮਰਜ਼ੀ ਭਗਾਉੜੇ ਕਰੀ ਜਾਣ ਗੱਲਾਂ ਪਰ ਇਹ ਮੈਂ ਤੁਹਾਨੂੰ ਜਿਹੜੀ ਅੱਜ ਗੱਲ ਕਰਨ ਜਾ ਰਿਹਾ ਜਿਹੜਾ ਜੈਜ਼ੀ ਬੀ ਤੇ ਦੂਸਾਂਜ ਅੱਜ ਬੇਸ਼ੱਕ ਕੈਨੇਡਾ 'ਚ ਬੈਠੇ ਆ ਪਰ ਜਿੱਦਣੇ ਲਾਕਡਾਊਨ ਖੁੱਲਣੇ ਆ ਜਿੱਦਣੇ ਜਿਹੜਾ ਕੋਵਿਡ ਆ ਕਰੋਨਾ ਨੇ ਜਾਣਾ ਮਹਾਮਾਰੀ ਨੇ ਸਭ ਕੁਝ ਜਹਾਜ਼ 에ਅਰਲਾਈਨਸ ਚੱਲਣੀਆਂ ਸ਼ੁਰੂ ਹੋ ਜਾਣੀਆਂ ਬੁੜਕੇ ਇਹਨਾਂ ਨੇ ਪੰਜਾਬ 'ਚ ਹੀ ਆਉਣਾ ਇੱਕ ਕੀ ਕਹਿ ਰਿਹਾ ਨੌਜਵਾਨਾਂ ਨੂੰ ਆਪ ਜਨਾਬ ਬੈਠਿਆ ਕੈਨੇਡਾ 'ਚ ਤੇ ਇੱਥੇ ਨੌਜਵਾਨਾਂ ਨੂੰ ਕਹਿ ਰਹੇ ਆ ਨਾਲ ਜੋੜ ਕੇ ਦੇਖੋ 84 ਦੀ 84 ਦੀ ਉਹ ਤੋਂ ਵੱਡੀ ਦੁਖਦਾਾਂ ਕੋਈ ਗੱਲ ਹੋਈ ਨਹੀਂ ਸਕਦੀ ਤੇ ਅਸੀਂ ਸਦਾ ਹੀ ਉਸ ਗੱਲ ਲਈ ਮੈਂ ਸਮਝਦਾ ਜਿੰਨੇ ਦੁਖੀ ਆ ਜਿੰਨੇ ਉਹ ਗੱਲ ਨਾਲ ਮੈਂ ਸਮਝਦਾ ਹਮੇਸ਼ਾ ਜਿਹੜੀ ਉਹ ਅਸੀਂ ਕਿਸੇ ਨੂੰ ਮਾਫੀ ਨਹੀਂ ਦੇਵਾਂਗੇ ਤੇ ਨਾ ਕੋਈ ਪੰਜਾਬੀ ਜਾਂ ਸਿੱਖ ਕੋਈ ਦੇਏਗਾ ਤੇ ਉਹ ਹਮੇਸ਼ਾ ਸਾਡੇ ਯਾਦ ਚ ਰਹੇ ਜਹਨ ਚ ਉਹ ਗੱਲ ਰਹੇਗੀ ਜਿੱਥੇ ਗੱਲ ਇਹ ਬਲੂ ਸਟਾਰ ਦੀ ਕਰਦੇ ਆ ਗੁਰਦੁਆਰਾ ਸਾਹਿਬ ਤੁਸੀਂ ਤਾਂ ਉੱਥੇ ਬੈਠੇ ਹੋ ਅਸੀਂ ਤਾਂ ਰੋਜ਼ ਦਰਬਾਰ ਸਾਹਿਬ ਦੇ ਸਾਡੇ ਪੰਜਾਬੀ ਜਾ ਕੇ ਦਰਸ਼ਨ ਕਰਦੇ ਆ ਤੇ ਸਤੋਵੱਦ ਸਾਡੇ ਅਸੀਂ ਗੁਰੂ ਦੇ ਥੋ ਤੋਂ ਕਿਤੇ ਵੱਧਾਂ ਸੀ ਤਾਂ ਗੁਰੂ ਦੇ ਤੁਸੀਂ ਤਾਂ ਕਦੇ ਦਰਬਾਰ ਸਾਹਿਬ ਸ਼ਾਇਦ ਪਤਾ ਨਹੀਂ ਸਦੀਆਂ ਹੋ ਗਈਆਂ ਹੋਣੀਆਂ ਤੁਹਾਨੂੰ ਦਰਸ਼ਨ ਕੀਤੇਆਂ ਨੂੰ ਤੇ ਇਸ ਕਰਕੇ ਤੁਸੀਂ ਆ ਜਿਹੜੇ ਦੋ ਨੇ ਉਹਨਾਂ ਦੀਆਂ ਗੱਲਾਂ ਛੱਡੋ ਪੰਨੂ ਤੇ ਧਾਰੀਵਾਲ ਦੀਆਂ ਤੁਸੀਂ ਜਿਹੜੇ ਦੋ ਬੰਦੇ ਆ ਜਿਹੜੇ ਸਿੰਗਰ ਉਰੇੋਂ ਜਨਸ ਨੂੰ ਤੁਹਾਨੂੰ ਬਣਾਇਆ ਜਿਨ੍ਹਾਂ ਨੇ ਉਰੇੋਂ ਤੇ ਉਰੇ ਹੀ ਤੁਸੀਂ ਆ ਕੇ ਇੰਡਸਟਰੀ ਚ ਕੰਮ ਕਰਨਾ ਤੇ ਤੁਸੀਂ ਦੁਸਾਨ ਸਿੰਘ ਸਾਹਿਬ ਕਹਿ ਰਹੇ ਹੋ ਸਾਡੇ ਨੌਜਵਾਨਾਂ ਨੂੰ ਵੀ ਮੋਢੇ ਤੇ ਕਹੀ ਦੀ ਤੋਂ ਬੰਦੂਕ ਰੱਖ ਲਓ ਰੰਗਰੂਟ ਬਣ ਜਾਓ ਇਸ ਗੱਲ ਤੇ ਉਹ ਦੂਜਾ ਮੈਂ ਵੀਡੀਓ ਨਾਲ ਛੋਟੀ ਕਲਿੱਪ ਆ ਜਿਹੜਾ ਉਹ ਤੁਹਾਨੂੰ ਨਾਲ ਪਾ ਰਹੇ ਆ ਜਿਹਦੇ ਵਿੱਚ ਈਬਾਲ ਖੜੇ ਹੋਣ ਕਰਨ ਵਾਲਾ ਜੈਜੀ ਬੀ ਉਰੇਓ ਤੁਸੀਂ ਬਣਾਇਆ ਉਰੇਓ ਮੈਂ ਨਹੀਂ ਇਹ ਗੱਲ ਕਹਿੰਦਾ ਉਹਨਾਂ ਦੇ ਗਾਣੇ ਪਸੰਦ ਹੋ ਸਕਦੇ ਆ ਉਹਨਾਂ ਦੀ ਪਿਕਚਰਾਂ ਪਸੰਦ ਹੋ ਸਕਦੀਆਂ ਪਰ ਆਪਣੀ ਧਰਤੀ ਤੋਂ ਆਪਣੇ ਪੰਜਾਬ ਤੋਂ ਵੱਧ ਜਿੱਥੇ ਸਾਨੂੰ ਜਨਮ ਦਿੱਤਾ ਉਹ ਤੋਂ ਵੱਧ ਕੋਈ ਨਹੀਂ ਉਹਨਾਂ ਦਾ ਹੀ ਖਾ ਕੇ ਤੇ ਅੱਜ ਉਹ ਕਹਿ ਰਿਹਾ ਵੀ ਖਾਲਿਸਤਾਨ ਦੀ ਮੰਗ ਆ ਜਿਹੜੀ ਉਹ ਮੈਂ ਕਰਦਾ ਤੇ ਨਾਲ ਇੱਕ ਗਾਣਾ ਵੀਡੀਓ ਪਾ ਰਿਹਾ ਵੀ ਬੰਦੂਖਾਂ ਕਿਸੇ ਦੇ ਹੱਥ 'ਚ ਕੋਈ ਕਿਸੇ ਦੇ ਹੱਥ 'ਚ ਕੋਈ ਵੀ ਇਹ ਬੰਦੂਖਾਂ ਚੱਕੋ ਤੇ ਮੇਰੀ ਹੱਥ ਜੋੜ ਕੇ ਤੁਹਾਨੂੰ ਬੇਨਤੀ ਆ ਜਿੰਨੇ ਵੀ ਮੇਰੇ ਨਾਲ ਮੇਰੇ ਸਾਥੀ 2008 ਦੇ ਵਿੱਚ ਜਿਹੜੀ ਯੂਥ ਕਾਂਗਰਸ ਦੀ ਇਲੈਕਸ਼ਨ ਹੋਈ ਸੀ ਉਸ ਵੇਲੇ ਦੇ ਸਾਰੇ ਹੀ ਮੇਰੇ ਨਾਲ ਦੇ ਸਟੇਟ ਬੋਡੀ ਚਾਹੇ ਵਾਈਸ ਪ੍ਰੈਜ਼ੀਡੈਂਟ ਜਨਰਲ ਸੈਕਟਰੀ ਸੈਕਟਰੀ ਸਹਿਬਾਨ ਮੇਰੇ ਸਾਰੇ ਉਸ ਵੇਲੇ ਦੇ ਜ਼ਿਲ੍ਹਾ ਪ੍ਰਧਾਨ ਉਸ ਵੇਲੇ ਬਲੌਕ ਪ੍ਰੈਜ਼ੀਡੈਂਟ ਡੈਲੀਗੇਟਸ ਜਨਰਲ ਸੈਕਟਰੀ ਸੈਕਟਰੀਜ਼ ਵਾਈਸ ਪ੍ਰੈਜ਼ੀਡੈਂਟ ਸਾਰੇ 2008 ਦੀ ਟੀਮ ਨੂੰ ਮੇਰੀ ਬੇਨਤੀ ਆ ਤੇ ਆਪਣੇ ਆਪਣੇ ਜਿਹੜਾ ਵੀ ਨੇੜੇ ਪੁਲਿਸ ਸਟੇਸ਼ਨ subdivisions SDM ਆ DC ਆ ਇੰਸਪੈਕਟਰ ਮੰਡੇ ਤੇ ਟਿਊਜ਼ਡੇ ਦੋਨੋਂ ਦਿਨ ਇਹਨਾਂ ਦੇ ਖਿਲਾਫ ਕਾਰਵਾਈ ਕਰਨ ਲਈ ਵੀ ਇਹਨਾਂ ਦੇ ਖਿਲਾਫ ਪਰਚੇ ਦਰਜ ਹੋਣ ਸਾਡੇ ਦੇਸ਼ ਦੇ ਦੇਸ਼ ਧਰੋ ਇਹਨਾਂ ਨੇ ਕੀਤਾ ਜਿਵੇਂ ਪੰਨੂ ਦੇ ਖਿਲਾਫ ਹੋ ਰਿਹਾ ਤੇ ਹੋਣ ਵਾਲੀ ਨਾਲ ਮੈਂ ਇਹ ਵੀ ਜ਼ਰੂਰ ਕਹਾਂ ਉਹ ਮੇਰੀ ਯੂਥ ਕਾਂਗਰਸ ਵੇਲੇ ਜਿਹੜੇ ਅਸੀਂ ਉਸ ਵੇਲੇ ਕੰਮ ਕੀਤਾ ਉਹਨਾਂ ਦੇ ਨਾਲ ਨਾਲ ਉਸ ਤੋਂ ਬਾਅਦ ਸਾਡੇ ਪ੍ਰੈਜ਼ੀਡੈਂਟ ਵਿਕਰਮਜੀਤ ਜੀ ਰਹੇ ਉਹਨਾਂ ਦੀ ਸਾਰੀ ਟੀਮ ਜਿਹੜੀ ਉਸ ਵੇਲੇ ਦੇ ਯੂਥ ਕਾਂਗਰਸ ਦੇ ਲੀਡਰ ਰਹੇ ਤੇ ਲਾਲੀ ਜੀ ਜਿਹੜੀ ਉਹਨਾਂ ਦੀ ਉਸ ਵੇਲੇ ਦੀ ਜਿਹੜੀ ਸਾਰੀ ਯੂਥ ਕਾਂਗਰਸ ਦੀ ਟੀਮ ਰਹੀ ਤੇ ਹੁਣ ਜਿਹੜੇ ਸਾਡੇ ਢਿੱਲੋਂ ਸਾਹਿਬ ਇਸ ਵੇਲੇ ਮੌਜੂਦਾ ਯੂਥ ਕਾਂਗਰਸ ਦੇ ਪ੍ਰਧਾਨ ਨੇ ਉਹਨਾਂ ਦੀ ਸਾਰੀ ਟੀਮ ਇਕੱਠ ਜਾਦਾ ਨਹੀਂ ਕਰਨਾ ਕਿਉਂਕਿ ਕੋਵਿਡ ਸਾਰੇ ਰੜ ਕੇ ਇੱਕ ਇੱਕ ਦੋ ਦੋ ਜਾਣੇ ਇਹ ਸਾਰੇ ਸਾਰੇ ਯੂਥ ਕਾਂਗਰਸ ਦੇ ਵਿੱਚੋਂ ਮੇਰੀ ਸਾਰੇ ਸੀਨੀਅਰ ਜਿਹੜੇ ਕਿਉਂਕਿ ਅਸੀਂ ਹੁਣ 2008 ਵਾਲੇ ਬੈਚ ਵਾਲੇ ਆ ਤੇ ਉਦੋਂ ਬਾਅਦ ਵਾਲੇ ਸਾਰਿਆਂ ਨੂੰ ਨਾਲ ਲੈ ਕੇ ਕਿਉਂਕਿ ਸਾਰੇ ਤੁਸੀਂ ਕਾਂਗਰਸ ਪਾਰਟੀ 'ਚ ਇਕੱਠੇ ਕੰਮ ਕਰਦੇ ਹੋ ਇਹਨਾਂ ਦੇ ਖਿਲਾਫ ਦੋਨਾਂ ਦੇ ਦਲਜੀਤ ਦੁਸਾਂਝ ਤੇ ਜੈਜੀ ਬੀ ਇਹਨਾਂ ਨੂੰ ਇਹ ਪਤਾ ਲੱਗਣਾ ਚਾਹੀਦਾ ਜੇ ਪੰਜਾਬ ਦੇ ਲੋਕ ਸਾਨੂੰ ਬੁਲੰਦੀਆਂ ਤੇ ਪਹੁੰਚਾ ਸਕਦੇ ਆ ਤੇ ਜੇ ਤੁਸੀਂ ਦੇਸ਼ ਦੇ ਦੁਸ਼ਮਣ ਬਣ ਜੂਗੇ ਪੰਜਾਬ ਦੇ ਦੁਸ਼ਮਣ ਬਣ ਜੂਗੇ ਤਾਂ ਇਹ ਪੰਜਾਬ ਦੇ ਲੋਕ ਬਰਦਾਸ਼ਤ ਨਹੀਂ ਕਰਨਗੇ ਇਹੀ ਲੋਕ ਤੁਹਾਨੂੰ ਸਲਾਖਾਂ ਪਿੱਛੇ ਦੇਖਣਾ ਚਾਹਣਗੇ ਤੇ ਹੁਣ ਆਪਣਾ ਸਮਝ ਲਿਓ ਤੁਸੀਂ ਹੁਣ ਖਾਲਿਸਤਾਨ 'ਚ ਰਹਿਣਾ ਏ ਜਾਂ ਇਹ ਦੋਨੋਂ ਸਿੰਗਰਾਂ ਨੇ ਪੰਜਾਬ ਚ ਆਉਣਾ ਏ ਇਹ ਹੁਣ ਆਪਣਾ ਫੈਸਲਾ ਕਰ ਲਿਓ ਕੁਝ ਦਿਨਾਂ ਦੇ ਵਿੱਚ ਤੇ ਮੈਂ ਬਾਕੀ ਸਾਰੇ ਸਾਡੇ ਬਹੁਤ ਹੀ ਸਤਿਕਾਰਯੋਗ بڑے بڑے ਮੈਂ ਹੁਣ ਕੀ ਦੱਸਾਂ ਕਿ ਕਿੰਨਾ ਕਿੰਨਾ ਨਾ ਲੋਕਾਂ ਨੇ ਪੰਜਾਬ ਦਾ ਰੋਸ਼ਨ ਕੀਤਾ ਸਾਡੇ ਮਹਾਨ ਸੰਗੀਤਕਾਰ ਗੀਤਕਾਰ ਇੰਡਸਟਰੀ ਦੇ ਵਿੱਚ ਪਰ ਇਹ ਪਤਾ ਨਹੀਂ ਕਿੱਥੋਂ ਦੋ ਤਿੰਨ ਬੰਦੇ ਇਕੱਠੇ ਹੋ ਗਏ ਜਿਹੜੇ ਪੰਜਾਬ ਦਾ ਖਾ ਕੇ ਪੰਜਾਬ ਦਾ ਹੀ ਇਹ ਨੁਕਸਾਨ ਕਰਨ ਲੱਗ ਗਏ ਤੇ ਇਸ ਕਰਕੇ ਇਹ ਕੈਨੇਡਾ ਚ ਉੱਥੇ ਅਮਰੀਕਾ ਚ ਬਹਿ ਕੇ ਗੱਦੇ ਭਿੰਗੜੇ ਪਾਇਓ ਹੁਣ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਜਿਹੜਾ ਇਹ ਤੁਹਾਨੂੰ ਬਰਦਾਸ਼ਤ ਨਹੀਂ ਕੀਤਾ ਜਾਊਗਾ ਕਿਉਂਕਿ ਤੁਸੀਂ ਜਿਸ ਪੰਜਾਬ ਦਾ ਖਾਦਾ ਪੀਤਾ ਉਸੇ ਪੰਜਾਬ ਦੇ ਨੌਜਵਾਨਾਂ ਦੇ ਖੂਨ ਦੇ ਪਿਆਸੇ ਹੋਗੇ ਉਹ ਤੁਸੀਂ ਇਹ ਕਹੋ ਵੀ ਅਸੀਂ ਕਿਸੇ ਨੌਜਵਾਨਾਂ ਨੂੰ ਇਸ ਇੰਡਸਟਰੀ ਚ ਕੰਮ ਦਿਵਾਉਨੇ ਆ ਅਸੀਂ ਬਾਹਰ ਲੈ ਕੇ ਜਾਂਦੇ ਆ ਅਸੀਂ ਉਰੇ ਇੰਸਟੀਚਿਊਟ ਖੋਲਦਿਆਂ ਵੱਡੇ ਵੱਡੇ ਕਿਸ ਤਰੀਕੇ ਨਾਲ ਜਿਹੜਾ ਏ ਉਹ ਨੌਜਵਾਨ ਚੰਗੇ ਸਿੰਗਰ ਬਣ ਸਕਣ ਚੰਗੇ ਉਹ ਐਕਟਰ ਬਣ ਸਕਣ ਤੁਸੀਂ ਆਪ ਬੁਲੰਦੀਆਂ ਤੇ ਪਹੁੰਚ ਕੇ ਸਾਡੇ ਬੱਚਿਆਂ ਨੂੰ ਤੁਸੀਂ ਕਹਿੰਦੇ ਹੋ ਵੀ ਖਾਲਿਸਤਾਨ ਦੀ ਲੜਾਈ ਲੜੋ ਸਾਡੇ ਬੱਚਿਆਂ ਨੂੰ ਕਹਿੰਦੇ ਹੋ ਵੀ ਹਥਿਆਰ ਚੱਕੋ ਮੋਢੇ ਤੇ ਇਹ ਬਰਦਾਸ਼ਤ ਨਹੀਂ ਹੋਣਾ ਦਲਜੀਤ ਦਸਾਂਝ ਤੇ ਆ ਜੈਜੀ ਵੀ ਚੰਗੀ ਤਰ੍ਹਾਂ ਸੁਣ ਲੈ ਹੁਣ ਪੰਜਾਬ ਹੁਣ ਤਾਂ ਪੰਜਾਬ ਤੇ ਧਰਤੀ ਮਾਂ ਦੀ ਪੰਜਾਬ ਤੇ ਦੇਸ਼ ਦੀ ਗੱਲ ਕਰਨੀ ਪਵੇਗੀ ਜੇ ਪੰਜਾਬ ਤੋਂ ਬਾਹਰ ਰਹਿਣਾ ਤਾਂ ਫਿਰ ਤੁਹਾਨੂੰ ਮੁबारक ਆ ਖਾਲਿਸਤਾਨ ਦੀ ਗੱਲ ਕਿਸੇ ਦੀ ਗੱਲ ਕਰੋ ਪਰ ਜੇ ਉਰੇ ਦੇਸ਼ ਚਾਉਣਾ ਮੈਂ ਕੋਈ ਧਮਕੀ ਨਹੀਂ ਦੇ ਰਿਹਾ ਪਰ ਅੰਦਰ ਭਾਂਬੜ ਮਚਦੇ ਆ ਜਦੋਂ ਸਾਡੇ ਦੇਸ਼ ਦੇ ਖਿਲਾਫ ਬਾਹਰ ਬਹਿ ਕੇ ਮਨਸੂਬੇ ਕਿਵੇਂ ਜਰਜੀਆ ਆ ਦੇਖਿਆ ਟੈਲੀਵਿਜ਼ਨ 'ਚ ਸਾਰਾ ਸਾਰਾ ਦਿਨ ਲਾਈਵ ਆਉਂਦਾ ਰਿਹਾ 20 ਨੌਜਵਾਨ ਸਾਡੇ ਚైనా ਤੇ ਉਹਨਾਂ ਨੂੰ ਤੁਸੀਂ ਲੈਟਰ ਲਿਖ ਕੇ ਇਹ ਕਹੋ ਵੀ ਸਾਡਾ ਸਾਥ ਦੋ ਪੰਨੋ ਸਾਹਿਬ ਤੇ ਇਹ ਦਿਲਜੀਤ ਨੂੰ ਸਮਝਤੇ ਸਾਰੇ ਉਹਨਾਂ ਨਾਲ ਰਲੇ ਹੋਏ ਨੇ ਜੈਜੀ ਬੀ ਅਰਗੇ ਕਿ ਮੈਂ 3 ਮਹੀਨੇ ਬਾਅਦ ਜਿਹੜਾ ਸਾਡਾ ਨੌਜਵਾਨ ਸੀ ਮਾਨਸਾਲ ਉਹਦਾ ਮਾਪਿ ਉਹਨੇ ਵਾਤ ਰਿਆ ਸੀ ਉਹ ਤੁਸੀਂ ਉੱਥੇ ਚైనా ਚ ਬਾਰਡਰ ਤੇ ਉਹ ਸ਼ਹੀਦ ਹੋਇਆ ਏ ਸਲਾਮ ਆ ਉਹਨਾਂ ਨੂੰ ਇਸੇ ਤਰੀਕੇ ਗੁਰਦਾਸਪੁਰ ਦਾ ਪਟਿਆਲੇ ਦਾ ਤੇ ਇਹ ਨੌਜਵਾਨ ਜਿਹੜੇ ਰੋਜ਼ ਸ਼ਹੀਦ ਹੋ ਕੇ ਆ ਰਹੇ ਆ ਤੇ ਇਹ ਵੀ ਤਾਂ ਮਾਮਾ ਦੇ ਪੁੱਤ ਨੇ ਤੁਸੀਂ ਇਹਨਾਂ ਦੇ ਉਲਟ ਜਿਹੜਾ ਇਹ ਦੇਸ਼ ਦੇ ਬਾਹਰ ਬਹਿ ਕੇ ਇਹ ਜਿਹਾਂ ਤਕਦੀਰਾਂ ਕਰੋ ਇਹ ਬਰਦਾਸ਼ਤ ਨਹੀਂ ਹੋਣਾ ਇਹ ਲੜਾਈ ਅਖੀਰ ਤੱਕ ਇਹ ਲੜੀ ਜਾਓ ਕਿਉਂਕਿ ਜਿਆਦਾ ਮਹਿਸੂਸ ਤਾਂ ਹੁੰਦਾ ਆਮ ਕੋਈ ਗੱਲ ਕਰੇ ਤਾਂ ਕਰੇ ਤੁਹਾਨੂੰ ਤਾਂ ਇਸ ਪੰਜਾਬ ਨੇ ਬਣਾਇਆ ਇਸ ਪੰਜਾਬ ਦੇ ਨਾਂ ਨਾਲ ਤੁਸੀਂ ਜਾਣੇ-ਜਾਨੇ ਹੋ ਇਸ ਪੰਜਾਬੀ ਨਾਲ ਜਾਣੇ-ਜਾਨੇ ਹੋ ਤੁਸੀਂ ਇਹਦੇ ਦੁਸ਼ਮਣ ਬਣ ਗਏ ਇਸ ਕਰਕੇ ਫੇਰ ਮੇਰੀ ਅਖੀਰ ਅਪੀਲ ਸਾਰੇ ਹੀ ਮੇਰੇ ਯੂਥ ਕਾਂਗਰਸ ਦੇ ਸਾਥੀਆਂ ਨੂੰ ਇਹ ਦਿਖਾਉਣਾ ਵੀ ਸਾਡਾ ਯੂਥ ਆ ਜਿਹੜਾ ਉਹ ਪੰਜਾਬ ਦੇ ਨਾਲ ਆਪਣੇ ਦੇਸ਼ ਨਾਲ ਆਪਣੀ ਧਰਤੀ ਨਾਲ ਇਹ ਸਰਕਾਰਾਂ ਕਿਸੇ ਦੀਆਂ ਆਉਣੀਆਂ ਜਾਣੀਆਂ ਚੰਗੇ ਕਮਾੜੇ ਕੰਮ ਕਰਨੇ ਇਹ ਚੱਲਦਾ ਰਹਿੰਦਾ ਪਰ ਇਹ ਦੇਸ਼ ਸਾਡਾ ਏ ਇਹ ਦੇਸ਼ ਸਾਰੇ ਪੰਜਾਬ ਤੇ ਹਿੰਦੁਸਤਾਨੀਆਂ ਦਾ ਏ ਤੇ ਸਾਰੇ ਇਕੱਠੇ ਹੋ ਕੇ ਇਹਨਾਂ ਦੇ ਖਿਲਾਫ ਮੰਡੇ ਤੇ ਟਿਊਜ਼ਡੇ ਦੋਨੋਂ ਦਿਨ ਤੁਸੀਂ ਇਹ ਤੋਂ ਬਚਾ ਕਰਕੇ ਕਰੋਨਾ ਤੋਂ ਦੋ ਦੋ ਚਾਰ ਚਾਰ ਜਾਣੇ ਪੰਜ ਪੰਜ ਇਕੱਠੇ ਹੋ ਕੇ ਫੇਰ ਮੈਂ ਬੇਨਤੀ ਕਰਦਾ ਆਪਣੇ ਆਪਣੇ ਸਬਡਿਵੀਜ਼ਨ ਤੇ ਆਪਣੇ ਆਪਣੇ ਪੁਲਿਸ ਸਟੇਸ਼ਨ ਚ ਇਹ ਤਕੜੇ ਹੋ ਕੇ ਇਹਨਾਂ ਦੇ ਖਿਲਾਫ ਆਪਣੀ ਆਪਣੀ ਸ਼ਿਕਾਇਤ ਆ ਜਿਹੜੀ ਉਹ ਪਰਚਾ ਦਰਜ ਕਰਾਉਣ ਲਈ ਐਫ ਆਈਰ ਡਰਜ ਕਰਾਉਣ ਲਈ ਜਿਹੜੀ ਆ ਉਹ ਤੁਸੀਂ ਜ਼ਰੂਰ ਕਰੋ ਤੇ ਜਥੇਦਾਰ ਸਾਹਿਬ ਵਾਲੀ ਗੱਲ ਆ ਜਿਹੜੀ ਉਹ ਉਹਨਾਂ ਦੇ ਨਾਲ ਮੈਂ ਦੇਖਾਂਗਾ ਕਿ ਕਿਵੇਂ ਦੇਸ਼ ਧਰੋਹ ਦਾ ਮਕਦਮਾ ਜਿਹੜਾ ਉਹਨਾਂ ਤੇ ਦਰਜ ਕਰਾਉਣਾ ਕੀ ਕਰਨਾ ਹੈ ਤੇ ਤੁਸੀਂ ਪਰ ਇਹ ਦੋਨਾਂ ਨੂੰ ਇੱਕ ਮੈਸੇਜ ਦੇਣਾ ਹੈ ਤੇ ਅੱਗੇ ਤੋਂ ਕੋਈ ਹਿੰਮਤ ਨਾ ਕਰ ਸਕੇ ਸਾਡੇ ਦੇਸ਼ ਦੇ ਨਾਲ ਵਿਦਰੋਹ ਕਰਨ ਦੀ ਜਾਂ ਸਾਡੇ ਦੇਸ਼ ਦੇ ਖਿਲਾਫ ਬੋਲਣ ਦੀ ਧੰਨਵਾਦ ਜੈ ਹਿੰਦ